PRTC ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਰੋਕ ਕੇ ਧਰਨੇ ਦੇ ਕੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਉਹੀ ਮੰਗਾਂ ਚੱਲੀਆਂ ਆ ਰਹੀਆਂ ਹਨ ਜੋ ਕਿ ਕਿਸੇ ਵੀ ਸਰਕਾਰ ਨੇ ਨਹੀਂ ਸੁਣੀਆਂ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਦੀਆਂ ਉਹਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਈ ਵਾਰ ਉਹਨਾਂ ਦੀ ਮੀਟਿੰਗ ਦਾ ਐਲਾਨ ਹੋ ਚੁੱਕਾ ਹੈ, ਪਰ ਹਜੇ ਤੱਕ ਕੋਈ ਮੀਟਿੰਗ ਉਹਨਾਂ ਨੂੰ ਨਹੀਂ ਮਿਲੀ। ਜਿਸ ਦੇ ਚੱਲਦੇ ਉਹ ਸੜਕਾਂ 'ਤੇ ਹਨ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ 15 ਅਗਸਤ ਵਾਲੇ ਦਿਨ ਜਿਸ ਜਗ੍ਹਾ 'ਤੇ ਮੁੱਖ ਮੰਤਰੀ ਨੇ ਝੰਡਾ ਫਹਿਰਾਉਣਾ ਸੀ ਉੱਥੇ ਵੀ ਉਹਨਾਂ ਨੇ ਪ੍ਰਦਰਸ਼ਨ ਕਰਨਾ ਸੀ, ਪਰ ਉਹਨਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦੇ ਦਿੱਤਾ ਗਿਆ, ਪਰ ਮੌਕੇ 'ਤੇ ਆ ਕੇ ਉਹ ਮੀਟਿੰਗ ਵੀ ਕੈਂਸਲ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਹੁਣ ਉਹ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਦੇ ਰਾਹ 'ਤੇ ਹਨ ਅਤੇ ਜੇ ਉਹਨਾਂ ਨੂੰ ਕੋਈ ਪੱਕਾ ਧਰਨਾ ਵੀ ਲਗਾਉਣਾ ਪਿਆ ਤਾਂ ਉਹ ਲਗਾ ਕੇ ਰਹਿਣਗੇ। ਜੋ ਇਹ ਪੁਤਲੇ ਫੂਕਣ ਦਾ ਜਾਂ ਬੱਸ ਸਟੈਂਡ ਬੰਦ ਦਾ ਪ੍ਰੋਗਰਾਮ ਸੀ ਜੀ, ਇਹ ਪੰਜਾਬ ਰੋਡਵੇਜ ਪਨਬੱਸ ਅਤੇ PRTC ਦੇ 27 ਡਿਪੂਆਂ ਦੇ ਅੱਡਿਆਂ 'ਤੇ ਵਰਕਸ਼ਾਪਾਂ 'ਤੇ ਕੀਤਾ ਗਿਆ ਜੀ। ਮੰਗਾਂ ਸਾਡੀਆਂ ਪਿਛਲੇ ਕੈਪਟਨ ਸਮੇਂ ਤੋਂ ਉਹੀ ਚੱਲਦੀਆਂ ਆ ਰਹੀਆਂ ਨੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 2016 ਦਾ ਸੁਪਰੀਮ ਕੋਰਟ ਜੀ ਦਾ ਜੋ ਹੁਕਮ ਆ ਉਹ ਲਾਗੂ ਕੀਤਾ ਜਾਵੇ, ਬਰਾਬਰ ਕ੍ਰਮ ਬਰਾਬਰ ਤਨਖਾਹ ਦਾ। ਅੱਜ ਜੋ ਮੇਰੀਆਂ ਮਾਵਾਂ ਭੈਣਾਂ ਬੱਸਾਂ ਦੇ ਵਿੱਚ ਤੂੜੀ ਵਾਲੇ ਟਰੱਕ ਵਾਂਗੂ ਭਰ ਕੇ ਸਫ਼ਰ ਕਰਦੀਆਂ ਨੇ, ਬੱਸਾਂ ਦੀ ਬਹੁਤ ਜ਼ਿਆਦਾ ਘਾਟ ਆ। 10,000 ਨਵੀਆਂ ਬੱਸਾਂ ਪਾਈਆਂ ਜਾਣ, ਅੱਜ 1.5 ਸਾਲ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਤਾ ਦੇ ਵਿੱਚ ਆਏ ਨੂੰ, ਇਹਨਾਂ ਦੋਨਾਂ ਅਦਾਰਿਆਂ ਦੇ ਵਿੱਚ ਇੱਕ ਵੀ ਨਵੀਂ ਸਰਕਾਰੀ ਬੱਸ ਨਹੀਂ ਪਾਈ ਗਈ, ਸਗੋਂ ਕਿਲੋਮੀਟਰ ਬੱਸਾਂ ਨੂੰ ਬੜਾਵਾ ਦਿੱਤਾ ਜਾਂਦਾ, ਜਿਹਦੇ ਨਾਲ ਸਿੱਧੇ ਤੋਂ ਸਿੱਧਾ ਜੋ ਅਦਾਰਾ ਗਾ ਉਸ ਨੂੰ ਖਤਮ ਕਰਨ ਵੱਲ ਨੂੰ ਧਕੇਲਿਆ ਜਾ ਰਿਹਾ ਜੀ। ਅਤੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਜੀ, 14, 15, 16 ਅਗਸਤ ਨੂੰ ਅਸੀਂ ਹੜਤਾਲ ਦਾ ਪ੍ਰੋਗਰਾਮ ਦਿੱਤਾ ਸੀ ਅਤੇ ਪਟਿਆਲੇ ਜੋ ਮੁੱਖ ਮੰਤਰੀ ਨੇ ਝੰਡਾ ਲਹਿਰਾਉਣਾ ਸੀ ਉੱਥੇ ਅਸੀਂ ਘਰਾਓ ਦਾ ਪ੍ਰੋਗਰਾਮ ਦਿੱਤਾ ਸੀ, ਉਸ ਨੂੰ ਦੇਖਦੇ ਹੋਏ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਸਾਡੀ ਜੋ ਮੀਟਿੰਗ ਆ CM ਦੇ ਨਾਲ ਪੈਨਲ ਜੋ CM ਹਾਊਸ ਦੇ ਵਿੱਚ 25 ਅਗਸਤ ਦੀ ਫਿਕਸ ਕੀਤੀ ਗਈ ਸੀ, ਐਨ ਮੌਕੇ 'ਤੇ ਆ ਕੇ 25 ਦੀ ਮੀਟਿੰਗ ਨੂੰ ਤਬਦੀਲ ਕਰਕੇ ਅੱਜ 14 ਸਤੰਬਰ ਦੇ ਵਿੱਚ ਤਬਦੀਲ ਕੀਤਾ ਗਿਆ ਸੀ, ਪਰ ਅੱਜ 14 ਨੂੰ ਹੋਣ ਵਾਲੀ ਮੀਟਿੰਗ ਬਿਲਕੁਲ ਐਨ ਮੌਕੇ 'ਤੇ ਆ ਕੇ ਕੱਲ੍ਹ ਸ਼ਾਮ ਨੂੰ ਇਹ ਮੀਟਿੰਗ ਵੀ ਰੱਦ ਕਰਕੇ ਸਾਡੀ ਜਥੇਬੰਦੀ ਨੂੰ 29 ਸਤੰਬਰ ਦੀ ਜੋ ਮੀਟਿੰਗ ਦਿੱਤੀ ਗਈ ਆ, ਅਸੀਂ ਪਹਿਲਾਂ ਵੀ 12 ਤਰੀਕ ਨੂੰ ਗੇਟ ਰੈਲੀਆਂ ਕਰਕੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਸੀ ਵੀ ਜੇਕਰ ਸਾਡੀ 14 ਤਰੀਕ ਵਾਲੀ ਮੀਟਿੰਗ ਰੱਦ ਹੁੰਦੀ ਆ ਤਾਂ ਸਾਡੀ ਜਥੇਬੰਦੀ ਬਿਲਕੁਲ ਉੱਥੋਂ ਹੀ ਆਪਣਾ ਜੋ ਸੰਘਰਸ਼ ਆ ਉਹ ਲੀਕੇਗੀ। ਰਾਤ ਜਥੇਬੰਦੀ ਨੇ ਸੰਘਰਸ਼ ਉਲੀਕਿਆ, ਅੱਜ ਮਿਤੀ 14 ਸਤੰਬਰ 2023 ਨੂੰ ਪੰਜਾਬ ਦੇ 27 ਦੇ 27 ਡਿਪੂ ਬੰਦ ਕਰਕੇ 2 ਘੰਟਿਆਂ ਦੇ ਲਈ ਪੁਤਲੇ ਫੂਕੇ ਗਏ ਨੇ। 20 ਸਤੰਬਰ ਨੂੰ ਹੜਤਾਲ 'ਤੇ ਜਾਵਾਂਗੇ PRTC ਪਾਉਣ ਵਾਸਤੇ ਸਾਰੇ ਕੱਚੇ ਦੇ ਕੱਚੇ ਮੁਲਾਜ਼ਮ, ਇਹ ਹੜਤਾਲ 1 ਦਿਨ ਦੀ ਵੀ ਹੋ ਸਕਦੀ ਆ, ਅਣਮਿੱਥੇ ਸਮੇਂ 'ਚ ਵੀ ਤਬਦੀਲ ਹੋ ਸਕਦੀ ਆ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਹੋਰ ਵੀ ਸੰਘਰਸ਼ ਤਿੱਖਾ ਕਰਾਂਗੇ, ਅਸੀਂ ਕਰੋ ਅਤੇ ਮਰੋ ਦੀ ਸਥਿਤੀ ਦੇ ਵਿੱਚ ਆ ਚੁੱਕੇ ਹਾਂ। ਅਸੀਂ ਕਿਸੇ ਵੱਡੇ ਸ਼ਹਿਰ ਦਾ ਰੋਡ ਜਾਮ ਜਾਂ ਮੁੱਖ ਮੰਤਰੀ ਕੋਠੀ ਦਾ ਘਰਾਓ ਪੱਕੇ ਤੌਰ 'ਤੇ ਕਰ ਸਕਦੇ ਹਾਂ। ਅਦਾਰਿਆਂ ਦੇ ਵਿੱਚ 7,500 ਤੋਂ ਲੈ ਕੇ 8,000 ਦੇ ਵਿੱਚ ਕੱਚੇ ਮੁਲਾਜ਼ਮ ਹਨ ਜੀ। ਧੰਨਵਾਦ।